ਹਾਂਜੀ ਤੁਹਾਡੇ ਸਾਰੰਦਸ ਵਾਗਦਾ ਕਰਦੇ ਆਂ ਕੰਬੋਜ ਰਗੜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਇਸ ਵੀਡੀਓ ਵਿੱਚ ਆਪਾਂ ਕਰਨ ਔਜਲਾ ਦੇ ਰਿਲੇਟਡ ਇੱਕ ਤੋਂ ਅਪਡੇਟਸ ਕਵਰ ਕਰਾਂਗੇ ਪਿੱਲਾ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੋਂ ਕੁਝ ਦਿਨ ਪਿੱਨਾ ਹੀ ਕਰਨ ਔਜਲੇ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ ਜਿਸ ਗਾਣੇ ਦਾ ਨਾਮ ਹੈ 베비 ਤੇ ਇਸ ਗਾਣੇ ਨੇ ਰਿਲੀਜ਼ ਹੋਣ ਤੋਂ ਬਾਅਦ ਸਾਰੇ ਬਨੇ ਹੀ ਤਬਾਹੀ ਮਚਾ ਕੇ ਰੱਖੀ ਹੋਈ ਹੈ ਕਿਉਂਕਿ ਗਾਣੇ ਦੇ ਨੰਬਰ ਸਭ ਬਹੁਤ ਹੀ ਤੇਜ਼ੀ ਨਾਲ ਇਨਕਰੀਜ਼ ਹੋ ਰਹੇ ਨੇ ਤੇ 베비 ਗਾਣਾ ਹੁਣ ਬਿਲਬੋਰਡ ਤੇ ਵੀ ਰਾਜ ਕਰ ਰਿਹਾ ਹੈ ਹਾਂਜੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੋਂ ਕੁਝ ਦਿਨ ਪਿੱਨਾ ਹੀ ਬਿਲਬੋਰਡ ਅਪਡੇਟ ਹੋ ਇੰਨੇ ਬਿਲਬੋਰਡ ਚਾਰਟ ਉੱਤੇ ਵੇਵੀ ਗਾਣਾ 7ਵੇਂ ਨੰਬਰ ਤੇ ਪਹੁੰਚਿਆ ਸੀ ਤੇ ਹਜੇ ਵੀ 7ਵੇਂ ਨੰਬਰ ਤੇ ਹੀ ਹੈ ਤੇ ਇੰਡੀਅਨ ਬਿਲਬੋਰਡ ਚਾਰਟ ਉੱਤੇ ਵੇਵੀ ਗਾਣਾ 13 ਨੰਬਰ ਤੇ ਹੈ ਇਸ ਤੋਂ ਇਲਾਵਾ ਬਿਲਬੋਰਡ ਗਲੋਬਲ ਐਕਸਕਲੂਸਿਵ ਚਾਰਟ ਉੱਤੇ ਵੇਵੀ ਗਾਣਾ 144 ਨੰਬਰ ਤੇ ਬਣਿਆ ਹੋਇਆ ਹੈ ਤੇ ਕੋਣ ਕੋਣ ਵੇਵੀ ਗਾਣਾ ਰਿਪੀਟ ਤੇ ਸੁਣ ਰਿਹਾ ਕਮੈਂਟ ਵਿੱਚ ਜਰੂਰ ਦੱਸਿਓ ਅੱਗੇ ਵੱਧ ਹੋਏ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਹੀ ਕਰਨ ਬਾਈ ਇੰਸਟਾਗ੍ਰਾਮ ਉੱਤੇ ਲਾਈਵ ਹੁੰਦਾ ਹੈ ਤੇ ਆਪਣੇ ਨਵੇਂ ਆਉਣ ਵਾਲੇ ਪ੍ਰੋਜੈਕਟਸ ਬਾਰੇ ਗੱਲਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਪਰ ਬਹੁਤ ਟਾਈਮ ਤੋਂ ਸਾਨੂੰ ਕਰਨ ਬਾਈ ਦਿਏ ਕੇ ਅੱਜ ਸਵੇਰੇ ਹੀ ਕਰਨ ਔਜਲਾ ਥੋੜੇ ਟਾਈਮ ਲਈ ਇੰਸਟਾਗ੍ਰam ਉਤੇ ਲਾਈਵ ਆਇਆ ਸੀ ਜਿਸ ਲਾਈਵ ਦੀ ਬੈਕਗ੍ਰਾਉਂਡ ਦੇ ਵਿੱਚ ਆਨਟੋ ਬਗਾਣਾ ਪਲੇ ਕੀਤਾ ਗਿਆ ਸੀ ਤੇ ਨਾਲ ਹੀ ਕਿਹਾ ਗਿਆ ਸੀ ਕਿ ਬਹੁਤ ਜਲਦ ਇੰਡੀਆ ਲਾਈਵ ਸ਼ੋ ਸ਼ੁਰੂ ਹੋਣ ਵਾਲੇ ਨੇ ਤੇ ਲਾਈਵ ਤੁਹਾਨੂੰ ਵੀਡੀਓ ਦੇ ਐਂਡ ਤੇ ਦੇਖਣ ਨੂੰ ਮਿਲ ਜੂਗਾ ਅੱਗੇ ਵੱਧੇ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਪੰਜਾਬੀ ਇੰਡਸਟਰੀ ਵਿੱਚ ਕੋਈ ਗਾਣਾ ਰਿਲੀਜ਼ ਹੁੰਦਾ ਹੈ ਤਾਂ ਸਿੰਗਰਾਂ ਵੱਲੋਂ ਇੱਕ ਦੂਜੇ ਸਿੰਗਰ ਦੀ ਸਪੋਰਟ ਕੀਤੀ ਜਾਂਦੀ ਹੈ ਤੇ ਉਦਾਂ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ ਹੀ ਨਮਾਨ ਸੰਧੂ ਦਾ ਨਵਾਂ ਗਾਣਾ ਰਿਲੀਜ਼ ਹੋਇਆ ਜਿਸ ਗਾਣੇ ਦਾ ਨਾਮ ਹੈ ਸਿੱਟ ਡਾਉ ਦਾ ਚਰਚਾ ਵਿੱਚ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਇਹ ਗਾਣਾ ਕਿਹਦੇ ਲਈ ਰਿਲੀਜ਼ ਕੀਤਾ ਗਿਆ ਹੈ ਤੇ ਹੁਣ ਇਸ ਗਾਣੇ ਦੀ ਹੀ ਬਹੁਤ ਸਾਰੇ ਸਿੰਗਰਾਂ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਤੇ ਉਦਾਂ ਹੀ ਹੁਣ ਕਰਨ ਬਾਈ ਵੱਲੋਂ ਵੀ ਨਵਾਂ ਸੰਦੂ ਦੇ ਇਸ ਗਾਣੇ ਦੀ ਸਪੋਰਟ ਕਰਦੇ ਹੋਏ ਇੰਸਟਾਗ੍ਰਾਮ ਉਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ ਜਿਸ ਸਟੋਰੀ ਦੀ ਬੈਕਗ੍ਰਾਉਂਡ ਵਿੱਚ ਸਿਟ ਡਾਊਨ ਸੰ ਗਾਣਾ ਪਲੇ ਕੀਤਾ ਗਿਆ ਹੈ ਬਾਕੀ ਕਰਨ ਔਜਲੇ ਦੇ ਇੰਸਟਾਗ੍ਰam ਲਾਈਵ ਵਾਲੀ ਵੀਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ ਹੈ ਵੀਡੀਓ ਨੂੰ ਜਾ ਕੇ ਜਰੂਰ ਦੇਖਿਓ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਵਿੱਚ ਥੈਂਕ ਯੂ